ਅੱਜਕੱਲ ਚੋਰ ਚਤਰਾਈ ਨਾਲ ਚੋਰੀ ਕਰਨ ਵਿੱਚ ਮਾਹਿਰ ਹੁੰਦੇ ਜਾ ਰਹੇ ਹਨ, ਪਰ ਕਿਸੇ ਵੇਲੇ ਦੁਕਾਨਦਾਰ ਦੀ ਚਤਰਾਈ ਐਸੇ ਚੋਰਾਂ 'ਤੇ ਉਸ ਵੇਲੇ ਭਾਰੀ ਪੈ ਜਾਂਦੀ ਹੈ ਜਦੋਂ ਦੁਕਾਨਦਾਰ ਚੋਰਾਂ ਨੂੰ ਰੰਗੇ ਹੱਥੀਂ ਮੌਕੇ 'ਤੇ ਹੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ। ਐਸਾ ਹੀ ਮਾਮਲਾ ਬਟਾਲਾ ਦੇ ਗਣਪਤੀ ਮੋਬਾਈਲ ਸ਼ੌਪ 'ਤੇ ਦੇਖਣ ਨੂੰ ਮਿਲਿਆ, ਜਿੱਥੇ ਦੋ ਨੌਜਵਾਨ ਮੋਬਾਈਲ ਖਰੀਦਣ ਦੇ ਬਹਾਨੇ ਨਾਲ ਆਏ ਅਤੇ ਦੁਕਾਨ ਦੇ ਮਾਲਿਕ ਨੂੰ ਮੋਬਾਈਲ ਦਿਖਾਉਣ ਲਈ ਕਿਹਾ। ਮੋਬਾਈਲ ਦਿਖਾਉਂਦੇ ਸਮੇਂ ਬੜੀ ਹੀ ਚਤਰਾਈ ਨਾਲ ਇਹਨਾਂ ਨੌਜਵਾਨਾਂ ਨੇ ਡੱਬੇ ਪੈਕ ਦੋ ਮੋਬਾਈਲਾਂ ਨੂੰ ਚੁੱਕਿਆ ਅਤੇ ਦੁਕਾਨ ਤੋਂ ਬਾਹਰ ਭੱਜਣ ਲੱਗੇ, ਪਰ ਦੁਕਾਨ ਮਾਲਿਕ ਨੇ ਕਾਊਂਟਰ ਨੂੰ ਟੱਪਦੇ ਹੋਏ ਦੁਕਾਨ ਤੋਂ ਬਾਹਰ ਹੀ ਇਹਨਾਂ ਨੌਜਵਾਨਾਂ ਨੂੰ ਮੋਪੜ ਤੋਂ ਥੱਲੇ ਸੁੱਟ ਲਿਆ ਅਤੇ ਇਸ ਦੌਰਾਨ ਇੱਕ ਨੌਜਵਾਨ ਤਾਂ ਭੱਜਣ ਵਿੱਚ ਸਫਲ ਹੋ ਗਿਆ ਪਰ ਦੂਸਰੇ ਨੌਜਵਾਨ ਨੂੰ ਮੋਬਾਈਲ ਸਮੇਤ ਕਾਬੂ ਕਰਦੇ ਹੋਏ ਪੁਲਿਸ ਹਵਾਲੇ ਕਰ ਦਿੱਤਾ। ਉੱਧਰ ਪੁਲਿਸ ਅਧਿਕਾਰੀ ਨੇ ਸਾਰੀ ਘਟਨਾ ਬਾਰੇ ਦੱਸਦੇ ਕਿਹਾ ਕਿ ਕਾਬੂ ਕੀਤੇ ਨੌਜਵਾਨ ਨੂੰ ਥਾਣੇ ਲੈ ਕੇ ਚੱਲੇ ਹਾਂ ਅਤੇ ਦੁਕਾਨਦਾਰ ਦੇ ਬਿਆਨ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰੇ ਕੋਲ ਭਾਜੀ ਹੋਣੇ ਆਏ ਨੇ, ਕਹਿੰਦੇ ਕਿ ਮੈਂ ਪਹਿਲੇ ਫੋਨ ਲੈਣਾ, ਕੋਈ ਮੈਨੂੰ ਜਾਂ ਸੈਕਿੰਡ ਹੈਂਡ ਦਿਖਾ ਦਿਓ ਜਾਂ ਨਵਾਂ ਦਿਖਾ ਦਿਓ। ਮੈਂ ਕਿਹਾ ਕਿੰਨੇ ਤੱਕ ਲੈਣਾ? ਕਹਿੰਦਾ 10-15 ਹਜ਼ਾਰ ਤੱਕ ਹੋ ਜਾਏ, 20 ਤੱਕ ਹੋ ਜਾਏ। ਮੈਂ ਕਿਹਾ ਜੇ ਤੁਸੀਂ 10-15 ਹਜ਼ਾਰ ਰੁਪਈਆ ਖਰਚਣਾ ਪੁਰਾਣੇ ਤਾਂ ਤੁਹਾਨੂੰ ਮੈਂ ਨਵਾਂ ਹੀ ਦਿਖਾ ਦੇਣਾ। ਕਹਿੰਦੇ ਚਲੋ ਨਵਾਂ ਦਿਖਾ ਦਿਓ। ਮੈਂ ਨਵੇਂ ਦਿਖਾਏ ਨੇ ਪਹਿਲੇ, ਕਹਿੰਦੇ ਓਪੋ ਦਾ ਕਹਿੰਦੇ ਦਿਖਾ ਦਿਓ, ਫਿਰ ਵੀਵੋ ਕਹਿੰਦੇ, ਅਤੇ ਕਹਿੰਦਾ ਕੋਈ ਹੋਰ ਹੈਗਾ ਕੋਈ 20-25। ਮੈਂ ਕਿਹਾ ਨਹੀਂ, 15-20 ਹਜ਼ਾਰ ਦੀ ਰੇਂਜ ਪਿਆ ਜੀ ਮੇਰੇ ਕੋਲ ਇਸ ਟਾਈਮ ਪਿਆ। ਅਤੇ ਵੇਖਦੇ ਹੀ ਪਹਿਲੇ ਇੱਕ ਮੋਬਾਈਲ ਵੇਖਣ ਦਿਆ, ਕਲੈਰਿਟੀ ਵੇਖਣ ਦਿਆ, ਦੂਜੇ ਦੀ ਵੇਖਣ ਦਿਆ, ਵੇਖਦੇ ਨਾਲੇ ਦੋਵੇਂ ਸੈੱਟ ਫੜੇ ਨੇ ਉਹਨੇ ਡੱਬਾ ਫੜਿਆ ਨਾਲ ਹੀ ਬਾਹਰ ਨੂੰ ਨਿਕਲ ਗਿਆ ਵਾ। ਮੈਂ ਕਾਊਂਟਰ ਨੂੰ ਜੰਪ ਮਾਰ ਕੇ ਮੈਂ ਵੀ ਬਾਹਰ ਨਿਕਲ ਗਿਆ। ਮੈਂ ਪਹਿਲੀ ਇੱਕ ਵਾਰੀ ਸਲਿੱਪ ਹੋਇਆ, ਫਿਰ ਮੈਂ ਦੂਜੀ ਵਾਰੀ ਉਹਨੂੰ ਫੜਿਆ, ਫਿਰ ਮੈਨੂੰ ਸਲਿੱਪ ਮਾਰਦੇ ਫਿਰ ਗਾਂਹ ਨੂੰ ਨਿਕਲ ਗਿਆ, ਫਿਰ ਮੈਂ ਗਾਂਹ ਨੂੰ ਧੱਕਾ ਲਾ ਅਤੇ ਉਹਨੂੰ ਕਮੀਜ਼ ਤੋਂ ਫੜ ਲਿਆ ਕਾਲੋ ਤੋਂ, ਫਿਰ ਮੈਨੂੰ ਜਾਣ ਨਹੀਂ ਦਿੱਤਾ। ਇੱਕ ਭੱਜ ਗਿਆ ਵਾ, ਦੋ ਬੰਦੇ ਸੀ, ਨਵੀਂ ਨਾਮ 'ਚ ਮੁੰਡੇ। ਸੀ ਥਾਣਾ ਨੇ ਫੋਨ 'ਤੇ ਤਲਾਹ ਦਿੱਤੀ ਆ ਕਿ ਇੱਕ ਕਸਲਿਆ ਕੁਮਾਰੀ ਹਸਪਤਾਲ ਦੇ ਲਾਗੇ ਮੋਬਾਈਲਾਂ ਦੀ ਦੁਕਾਨ ਆ, ਉੱਥੇ ਮੋਬਾਈਲ ਚੋਰ ਚੋਰੀ ਕਰ ਰਿਹਾ ਸੀ, ਉਹਨਾਂ ਨੇ ਫੜਿਆ ਆ, ਉੱਥੇ ਜਾਏ ਸਾਡੇ ਕੋਲ ਨਹੀਂ ਹੋਇਆ ਜੀ ਮੁਰਾਦ। ਇਹ ਕਹਿੰਦੇ ਨੇ ਵੀ ਦੋ ਮੋਬਾਈਲ ਸੀ, ਅਸੀਂ ਵਾਪਸ ਲੈ ਆ ਕੇ ਥਾਣਾ 'ਤੇ ਇਹਨਾਂ ਨੂੰ ਕਿਹਾ ਵੀ ਆ ਕੇ ਕੰਪਲੇਂਟ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਬਿਊਰੋ ਰਿਪੋਰਟ, ਦਿਵਿਆ ਪੰਜਾਬ ਟੀਵੀ, ਬਟਾਲਾ।